ਪਹਿਲੇ ਤੁਸੀਂ ਪੰਜ ਮੰਤਰੀ ਬੱਕਰੇ ਹਲਾਲ ਕਰਨ ਵਾਸਤੇ ਲੈ ਕੇ ਗਏ, ਉਹਨਾਂ ਦੇ ਚਿਹਰੇ ਮੋਹਰਿਆਂ ਤੇ ਰੰਗ ਉੱਡੇ ਸਾਰੇ ਮਹਿਸੂਸ ਕਰਦੇ। ਮੈਂ ਤੁਹਾਨੂੰ ਇਹ ਮੰਤਰੀ ਵੀਰਾਂ ਨੂੰ ਵੀ ਕਹਿਣਾ ਚਾਹੁੰਦਾ, ਇਹਨਾਂ ਤੁਹਾਨੂੰ ਸ਼ਹੀਦ ਵੀ ਕਰਾਉਣਾ, ਤੁਹਾਡੇ ਮਹਿਕਮੇ ਵੀ ਖੋਲ੍ਹੇ, ਕਿਉਂਕਿ ਇਹਨਾਂ ਦੇ ਮਹਿਕਮਿਆਂ ਦਾ ਸੌਦਾ ਤੇ ਨਵਿਆਂ ਨਾਲ ਹੋ ਰਿਹਾ। ਇਹਨਾਂ ਦੇ ਮਹਿਕਮਿਆਂ ਦਾ ਸੌਦਾ ਤੇ ਨਵੇਂ ਪੈਕੇਜ ਤਿਆਰ ਕੀਤੇ ਜਾਂਦੇ। ਇੱਕ ਪੈਕੇਜ ਤੇ ਅੱਜ ਚਲਾ ਗਿਆ, ਇਹਦੇ ਨਾਲ ਪੈਕੇਜ ਕੀ ਹੋਇਆ, ਮਾਲੀ ਮਦਦ, ਮੈਨੂੰ ਉਹ ਰਕਮ ਵੀ ਪਤਾ, ਉਹ ਮੈਂ ਕਿਸੇ ਟਾਈਮ ਲੇਟਰ ਡਿਸਕਲੋਜ਼ ਕਰਾਂਗਾ। ਬੜੀ ਭਾਰੀ ਰਕਮ ਦਾ ਸੌਦਾ ਕੀਤਾ ਗਿਆ। ਜਿਸ ਸੀਟ ਨੂੰ ਹੁਣ ਚੱਬੇਵਾਲ ਸਾਹਿਬ ਪਾਰਲੀਮੈਂਟ ਦੀ ਸੀਟ ਉਹਨਾਂ ਨੂੰ ਅਡਜਸਟ ਕੀਤੀ ਗਈ, ਜਿਹੜੀ ਸੀਟ ਤੋਂ ਅਸਤੀਫਾ ਦੇਣਗੇ ਇਹਨਾਂ ਦਾ ਛੋਟਾ ਭਾਈ ਲੜੇਗਾ। ਤੇ ਆਉਂਦੇ ਟਾਈਮ ਵਾਸਤੇ ਇਹ ਗੱਲ ਕਹੀ ਗਈ ਕਿ ਆ ਜਿਹੜੇ ਮੰਤਰੀ ਨੇ ਨਾ ਹਾਰੂਰ ਸਾਰਿਆਂ ਜਾਣਾ, ਇਹਨਾਂ ਦਾ ਕੋਈ ਇੱਕ ਅੱਧਾ ਚੰਗਾ ਮਹਿਕਮਾ ਵੀ ਤੁਹਾਨੂੰ। ਮੈਂ ਚੱਬੇਵਾਲ ਸਾਹਿਬ ਨੂੰ ਕਹਿਣਾ ਚਾਹਾਂਗਾ, ਚੱਬੇਵਾਲ ਸਾਹਿਬ ਅਸੀਂ ਦੋਨਾਂ ਨੇ 2 ਸਾਲ ਲਗਾਤਾਰ ਇਕੱਠਿਆਂ ਵਿਧਾਨ ਸਭਾ ਦੇ ਵਿੱਚ ਤੇ ਵਿਧਾਨ ਸਭਾ ਦੇ ਬਾਹਰ ਬਹੁਤ ਦਫਾ ਕਲੋਜ਼ਲੀ ਕੰਮ ਕੀਤਾ। ਤੁਹਾਡੇ ਨਾਲ ਮੇਰੀ ਨੇੜਤਾ ਜਿਸ ਤਰ੍ਹਾਂ ਇੱਕ ਵੱਡੇ ਭਾਈ ਦੀ ਛੋਟੇ ਭਾਈ ਨਾਲ ਹੁੰਦੀ, ਤੁਹਾਡੇ ਬਾਰੇ ਪਾਰਟੀ ਨੂੰ ਤੇ ਮੈਨੂੰ ਵੀ ਕਦੀ ਖਾਬੋ ਖਿਆਲ ਵਿੱਚ ਵੀ ਨਹੀਂ ਸੀ ਕਿ ਤੁਸੀਂ ਆਪਣੀ ਮਾਂ ਪਾਰਟੀ ਜਿਹਨੇ ਤੁਹਾਨੂੰ ਪਹਿਚਾਣ ਦਿੱਤੀ ਉਹਦੀ ਪਿੱਠ 'ਚ ਛੁਰਾ ਮਾਰ ਕੇ ਇੱਕ ਔਖੀ ਘੜੀ ਦੇ ਵਿੱਚ ਤੁਸੀਂ ਇੱਕ ਛੋਟੀ ਜਿਹੀ ਪੋਜੀਸ਼ਨ ਵਾਸਤੇ ਆਪਣੇ ਪਰਿਵਾਰ ਵਾਸਤੇ ਕੁਝ ਮਾਲੀ ਮਦਦ ਲੈਣ ਵਾਸਤੇ ਜਿਹੜਾ ਤੁਸੀਂ ਕੰਮ ਕੀਤਾ, ਮੇਰੇ ਖਿਆਲ ਆਉਣ ਵਾਲੀਆਂ ਪੁਸ਼ਤਾਂ ਚੱਬੇਵਾਲ ਸਾਹਿਬ ਇਹ ਤੁਹਾਨੂੰ ਨਾ ਤੇ ਮਾਫ ਕਰਨਗੀਆਂ। ਤੇ ਮੈਂ ਤੁਹਾਨੂੰ ਇੰਨੀ ਗੱਲ ਵੀ ਪੱਕੇ ਤੌਰ ਕਹਿ ਦੇਣਾ ਚਾਹੁੰਦਾ, ਜਿਹੜੀ ਪਾਰਟੀ ਕੋਲ 2 ਸਾਲ ਰਾਜ ਕਰਕੇ 13 ਕੈਂਡੀਡੇਟ ਨਾ ਹੋਣ ਇਲੈਕਸ਼ਨਾਂ 'ਚ ਪਾਰਲੀਮੈਂਟ 'ਚ ਫੀਲਡ ਕਰਨ ਵਾਸਤੇ, ਤੁਸੀਂ ਉਸ ਕਿਸ਼ਤੀ 'ਚ ਚੜ੍ਹ ਚੁੱਕੇ ਹੋ ਜਿਹੜੀ ਕਿਸ਼ਤੀ ਪਹਿਲੇ ਹੀ ਅੱਧ ਤੋਂ ਵੱਧ ਡੁੱਬ ਚੁੱਕੀ ਸੀ। ਅੱਜ ਤੋਂ 3-4 ਦਿਨ ਪਹਿਲਾਂ ਚੱਬੇਵਾਲ ਸਾਹਿਬ ਸਾਰੇ ਲੀਡਿੰਗ ਹਿੰਦੁਸਤਾਨ ਦੀਆਂ ਟੀਵੀ ਚੈਨਲਸ ਨੇ ਇੱਕ ਸਰਵੇ ਕੀਤਾ ਪੰਜਾਬ ਦਾ, ਜਿਹਦੇ ਵਿੱਚ 1 ਨੰਬਰ ਤੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਰੱਖਿਆ। ਇੱਕ ਤੇ ਚੈਨਲ ਇਹੋ ਜਿਹਾ ਜਿਹਨੇ 7 ਸੀਟਾਂ ਸਾਨੂੰ ਦਿੱਤੀਆਂ, ਜੇ ਮੌਜੂਦਾ ਆਪ ਦੀ ਸਰਕਾਰ ਨੂੰ 1 ਸੀਟ। ਮੇਰਾ ਇਹ ਵੀ ਮੰਨਣਾ ਉਹ ਵੀ ਉਹਨਾਂ ਨੂੰ ਮੁਗਾਲਤਾ ਹੈ, ਕੋਈ ਪੁਰਾਣਾ ਸਰਵੇ ਹੋਣਾ, ਇਸ ਸੈਸ਼ਨ ਤੋਂ ਬਾਅਦ ਦਾ ਸਰਵੇ ਕਰਦੇ ਚੱਬੇਵਾਲ ਸਾਹਿਬ, ਜਦੋਂ ਤੁਸੀਂ ਬੜੀ ਖੂਬਸੂਰਤੀ ਦੇ ਨਾਲ ਆਪਣਾ ਰੋਲ ਨਿਭਾਉਂਦੇ ਹੋਏ ਇਹ ਕਰਜ਼ੇ ਦੀ ਪੰਡ ਚੁੱਕ ਕੇ ਜਦੋਂ ਤੁਸੀਂ ਅਸੈਂਬਲੀ ਵਿੱਚ ਗਏ ਸੀ ਤੇ ਜਦੋਂ ਤੁਸੀਂ ਹੱਥ ਦੇ ਵਿੱਚ ਲੋਹੇ ਦੀਆਂ ਜੰਜੀਰਾਂ ਲੈ ਕੇ ਉੱਥੇ ਗਏ ਸੀ, ਲੋਕਾਂ ਦੀ ਇਸ ਗੱਲ ਦਾ ਅਸਰ ਹੁਣ ਤੁਸੀਂ ਉਸੇ ਪਾਰਟੀ ਸ਼ਾਮਲ ਹੋ ਗਏ। ਮੈਂ ਤੁਹਾਨੂੰ ਬੈਸਟ ਆਫ ਲੱਕ ਕਹਿੰਦਾ।